ਇਹ ਸੀਸੀਟੀਵੀ ਫੁਟੇਜ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਫਰੈਂਡਸ ਮੈਡੀਕਲ ਅਤੇ ਬੈਸਟ ਪ੍ਰਾਈਡਸ ਮੈਡੀਕਲ ਦੀਆਂ ਨੇ, ਜਿੱਥੇ ਦੋ ਚੋਰ ਹਜ਼ਾਰਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇੱਕ ਦੁਕਾਨ ਵਿੱਚੋਂ 15,000 ਅਤੇ ਦੂਜੀ ਦੁਕਾਨ ਵਿੱਚੋਂ 12,000 ਰੁਪਏ ਲੈ ਕੇ ਚੋਰ ਫਰਾਰ ਹੋ ਗਏ। ਦੋਹਾਂ ਚੋਰਾਂ ਨੇ ਕੱਪੜੇ ਨਾਲ ਮੂੰਹ ਟੱਕਿਆ ਹੋਇਆ ਹੈ। ਦੋਹਾਂ ਚੋਰਾਂ ਨੇ ਦੋਨਾਂ ਦੁਕਾਨਾਂ 'ਤੇ 4-4 ਮਿੰਟ ਲਗਾ ਕੇ ਚੋਰੀ ਕਰਕੇ ਦੁਕਾਨਾਂ ਦਾ ਸਫਾਇਆ ਕੀਤਾ। ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੋਹਾਲੀ ਤੋਂ ਗੁਰਦੀਪ ਬੈਨੀਪਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।